ਅਸਲਾਮ ਅਲੈਕੁਮ ਵੀਵਰਸ, ਨਵੀਂ ਵੀਡੀਓ ਅਤੇ ਨਵੀਂ ਰੈਸਿਪੀ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ। ਅੱਜ ਦੀ ਰੈਸਿਪੀ ਮੈਂ ਬੜੀ ਸਿੰਪਲ ਅਤੇ ਸਾਦਾ ਤਰੀਕੇ ਨਾਲ ਬਣਾਈ ਹੈ, ਇਸ ਲਈ ਮੇਰੀ ਵੀਡੀਓ ਨੂੰ ਆਖਰ ਤੱਕ ਵੇਖਿਓ ਤਾਂ ਕਿ ਪੂਰੀ ਰੈਸਿਪੀ ਦਾ ਤੁਹਾਨੂੰ ਪਤਾ ਚੱਲ ਸਕੇ। ਅੱਜ ਦੀ ਰੈਸਿਪੀ ਵਿੱਚ ਮੈਂ ਬਣਾਉਣ ਲੱਗੀ ਹਾਂ ਬੇਸਣ ਦੇ ਲੱਡੂ। ਰੈਸਿਪੀ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਨਵੇਂ ਆਉਣ ਵਾਲੇ ਲੋਕਾਂ ਵਾਸਤੇ ਕਹਾਂ ਕਿ ਮੇਰੀ ਵੀਡੀਓ ਨੂੰ ਲਾਈਕ ਕਰਨ, ਸ਼ੇਅਰ ਕਰਨ, ਕਮੈਂਟ ਕਰਨ, ਨਾਲੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ, ਆਖਰ ਵਿੱਚ ਘੰਟੀ ਵਾਲਾ ਬਟਨ ਜ਼ਰੂਰ ਦਬਾ ਦੇਣ। ਅਤੇ ਹੁਣ ਅਸੀਂ ਸ਼ੁਰੂ ਕਰਦੇ ਹਾਂ ਆਪਣੀ ਮਜ਼ੇਦਾਰ ਜੀ ਰੈਸਿਪੀ। ਉਸੇ ਵਾਸਤੇ ਅਸੀਂ ਪਹਿਲਾਂ ਸਭ ਤੋਂ ਬਣਾ ਲੈਣਾ ਸ਼ੀਰਾ। ਸ਼ੀਰੇ ਵਾਸਤੇ ਅਸੀਂ ਲਿਆ ਇੱਕ ਪੈਨ, ਪੈਨ ਦੇ ਵਿੱਚ ਪਾਏ ਅਸੀਂ 2 ਕੱਪ ਪਾਣੀ ਦੇ, ਅੱਗ ਦਰਮਿਆਨੀ ਰੱਖਣੀਆਂ ਅਤੇ 1 ਕੱਪ ਚੀਨੀ ਦਾ ਸ਼ਾਮਿਲ ਕਰ ਦੇਣਾ ਪਾਣੀ ਵਿੱਚ। ਸ਼ੀਰਾ ਬਹੁਤ ਜ਼ਿਆਦਾ ਗਾੜਾ ਨਹੀਂ ਬਣਾਉਣਾ, 4 ਤੋਂ 5 ਉਬਾਲ ਆਉਣ ਅਤੇ ਅੱਗ ਬੰਦ ਕਰ ਦੇਣੀ ਆ। ਸ਼ੀਰਾ ਮੈਂ ਠੰਡਾ ਹੋਣੇ ਵਾਸਤੇ ਇੱਕ ਸਾਈਡ ਦੇ ਉੱਤੇ ਰੱਖ ਦਿੱਤਾ, ਦੂਸਰੀ ਸਾਈਡ ਦੇ ਉੱਤੇ ਮੈਂ ਬੇਸਣ 2 ਕੱਪ ਛਾਣ ਲਿਆ। ਛਾਣਿਆ ਹੋਇਆ ਬੇਸਣ ਮੈਂ ਇੱਕ ਬਾਊਲ ਵਿੱਚ ਪਾਇਆ ਤੇ ਫਿਰ ਉਸ ਤੋਂ ਬਾਅਦ ਬੇਸਣ ਵਿੱਚ ਪਾਣੀ ਸ਼ਾਮਿਲ ਕੀਤਾ ਤੇ ਚਮਚ ਦੇ ਨਾਲ ਅੱਛੇ ਤਰੀਕੇ ਨਾਲ ਮਿਕਸ ਕੀਤਾ। ਬੇਸਣ ਦਾ ਮੇਜ਼ਾ ਬਹੁਤ ਜ਼ਿਆਦਾ ਗਾੜਾ ਨਹੀਂ ਰੱਖਣਾ, ਬਿਲਕੁਲ ਪਤਲਾ ਜਿਹਾ ਰੱਖਣਾ, ਜਿਸ ਤਰ੍ਹਾਂ ਕਿ ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ। ਬੇਸਣ ਦਾ ਮੇਜ਼ਾ ਤਿਆਰ ਹੋ ਗਿਆ। ਦੂਸਰੀ ਸਾਈਡ ਦੇ ਉੱਤੇ ਮੱਠੀ ਜੀ ਅੱਗ ਦੇ ਉੱਤੇ ਮੈਂ ਆਇਲ ਵੀ ਗਰਮ ਕਰ ਲਿਆ। ਘਰ ਦੇ ਵਿੱਚ ਮੌਜੂਦ ਕੋਈ ਵੀ ਸੁਰਾਖ ਵਾਲਾ ਚਮਚ ਲੈ ਕੇ ਉਹਦੇ ਉੱਤੇ ਬੇਸਣ ਦਾ ਅਮੇਜ਼ਾ ਪਾ ਦੇਣਾ ਤਾਂ ਕਿ ਛੋਟੀ ਛੋਟੀਆਂ ਬੂੰਦੀਆਂ ਬਣ ਜਾਣ ਬੇਸਣ ਦੀਆਂ। ਬੇਸਣ ਬਹੁਤ ਜ਼ਿਆਦਾ ਫਰਾਈ ਨਹੀਂ ਕਰਨਾ, ਬਰਾਊਨ ਹੋਣੇ ਤੋਂ ਪਹਿਲਾਂ ਆਇਲ 'ਚ ਕੱਢ ਲੈਣਾ। ਬੇਸਣ ਦੀ ਬੂੰਦੀ ਬਣਾਉਣ ਲੱਗਿਆਂ ਕੋਈ ਬੇਕਿੰਗ ਪਾਊਡਰ ਦਾ ਇਸਤੇਮਾਲ ਕਰਨਾ ਚਾਹੁੰਦਾ ਤਾਂ ਉਹ ਕਰ ਸਕਦਾ ਵਾ। 1 ਕੱਪ ਬੇਸਣ ਦੇ ਵਿੱਚ 1/2 ਚਾਏ ਵਾਲਾ ਚਮਚ ਬੇਕਿੰਗ ਪਾਊਡਰ ਦਾ ਤੁਸੀਂ ਇਸਤੇਮਾਲ ਕਰ ਸਕਦੇ ਹਾਂ, ਲੇਕਿਨ ਮੈਂ ਇਸਤੇਮਾਲ ਨਹੀਂ ਕੀਤਾ। ਇਸੇ ਤਰ੍ਹਾਂ ਹੀ ਸਾਰੇ ਬੇਸਣ ਦੇ ਅਮੇਜ਼ਾ ਦੀਆਂ ਬੂੰਦੀਆਂ ਬਣਾ ਲੈਣੀਆਂ। ਅਲਹਮਦੁਲਿਲਾ ਬੇਸਣ ਦੀ ਬੂੰਦੀ ਤਿਆਰ ਹੋ ਗਈ ਹੈ ਅਤੇ ਸ਼ੀਰੇ ਦੇ ਵਿੱਚ ਮੈਂ ਐਡ ਕਰ ਦਿੱਤੀ। ਬੂੰਦੀ ਸ਼ੀਰੇ 'ਚ ਐਡ ਕਰਨ ਤੋਂ ਬਾਅਦ 2 ਤੋਂ 3 ਡਰੋਪਸ ਮੈਂ ਯੈਲੋ ਕਲਰ ਦੇ ਸ਼ਾਮਿਲ ਕੀਤੇ। ਅਗਰ ਤੁਹਾਡੇ ਕੋਲ ਨਹੀਂ ਮੌਜੂਦ ਤਾਂ ਤੁਸੀਂ ਨਾ ਕਲਰ ਸ਼ਾਮਿਲ ਕਰੋ, ਮੈਂ ਤਾਂ ਸਿਰਫ ਇਸ ਵਾਸਤੇ ਸ਼ਾਮਿਲ ਕੀਤਾ ਕਿ ਲੱਡੂਆਂ ਦਾ ਕਲਰ ਅੱਛਾ ਆਵੇ। ਸ਼ੀਰੇ ਨੂੰ ਅਸੀਂ ਦਰਮਿਆਨੀ ਅੱਗ ਦੇ ਉੱਤੇ ਦੁਬਾਰਾ ਰੱਖ ਦਿੱਤਾ ਅਤੇ ਮੈਸ਼ਰ ਦੇ ਨਾਲ ਬੂੰਦੀ ਨੂੰ ਮੈਸ਼ ਕਰਨਾ ਸ਼ੁਰੂ ਕਰ ਦਿੱਤਾ, ਜਿਸ ਤਰ੍ਹਾਂ ਤੁਸੀਂ ਵੀਡੀਓ 'ਚ ਦੇਖ ਸਕਦੇ ਹੋ। ਚਮਚ ਦੇ ਨਾਲ ਬੇਸਣ ਨੂੰ ਹਿਲਾਉਂਦੇ ਰਹਿਣਾ ਤਾਂ ਕਿ ਜਲੇ ਨਾ। ਜਿਸ ਵੇਲੇ ਸ਼ੀਰਾ ਬਿਲਕੁਲ ਡਰਾਈ ਹੋ ਜਾਵੇ ਤਾਂ ਉਸ ਵੇਲੇ ਅੱਗ ਬੰਦ ਕਰ ਦੇਣੀ ਆ। ਕੁਛ ਮੈਸ਼ਰ ਦੇ ਨਾਲ ਮੈਸ਼ ਹੋ ਗਿਆ ਤੇ ਕੁਛ ਚਮਚ ਦੇ ਨਾਲ ਮੈਸ਼ ਹੋ ਗਿਆ ਤੇ ਹੁਣ ਇੱਕ ਬਾਊਲ ਦੇ ਵਿੱਚ ਸਾਰੇ ਅਮੇਜ਼ੇ ਨੂੰ ਕੱਢ ਲੈਣਾ ਤੇ ਠੰਡਾ ਹੋਣੇ ਵਾਸਤੇ ਰੱਖ ਦੇਣਾ। ਜਿਸ ਵੇਲੇ ਅਮੇਜ਼ਾ ਠੰਡਾ ਹੋ ਜਾਵੇ ਤੇ ਬੇਸਣ ਦੇ ਲੱਡੂ ਬਣਾ ਲੈਣੇ ਆ। ਅਲਹਮਦੁਲਿਲਾ ਬੇਸਣ ਦੇ ਮਜ਼ੇਦਾਰ ਜਿਹੇ ਲੱਡੂ ਤਿਆਰ ਆ ਤੇ ਖਾਣੇ ਵਾਸਤੇ ਤੁਸੀਂ ਪੇਸ਼ ਕਰ ਸਕਦੇ ਆ। ਦੇਖਣ ਨੂੰ ਤਾਂ ਬੇਸਣ ਦੇ ਲੱਡੂ ਬਹੁਤ ਹੀ ਮਜ਼ੇਦਾਰ ਲੱਗਣ ਦੇ ਆ ਤੇ ਮੈਂ ਖਾ ਕੇ ਦੇਖਦੀ ਹਾਂ ਕਿਹੋ ਜਿਹਾ ਟੇਸਟ ਆ। ਮੈਨੂੰ ਤਾਂ ਬੇਸਣ ਦੇ ਲੱਡੂ ਬਹੁਤ ਹੀ ਮਜ਼ੇਦਾਰ ਲੱਗੇ, ਤੁਸੀਂ ਵੀ ਇਸੇ ਤਰੀਕੇ ਨਾਲ ਆਪਣੇ ਘਰਾਂ 'ਚ ਬੇਸਣ ਦੇ ਲੱਡੂ ਜ਼ਰੂਰ ਬਣਾਉਣਾ ਤਾਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਤੁਹਾਨੂੰ ਇਹ ਰੈਸਿਪੀ ਕਿਹੋ ਜਿਹੀ ਲੱਗੀ ਤੇ ਮੈਨੂੰ ਦੁਆਵਾਂ 'ਚ ਯਾਦ ਰੱਖਣਾ। ਇਸੇ ਨਾਲ ਹੀ ਅੱਜ ਦੀ ਵੀਡੀਓ ਦਾ ਕਰਦੇ ਐਂਡ, ਇਨਸ਼ਾਅੱਲਾ ਨਵੀਂ ਵੀਡੀਓ ਅਤੇ ਨਵੀਂ ਰੈਸਿਪੀ ਦੇ ਨਾਲ ਫਿਰ ਹੋਵਾਂਗੇ ਹਾਜ਼ਰ। ਉਸ ਵਕਤ ਤੱਕ ਜਾਜ਼ ਰੱਬ ਰਾਖਾ।